सब्सक्राइब करो लिविंग पंजाब न्यूज चैनल नू, ते नाल ही बैल आइकॉन नू प्रेस करो लेटेस्ट न्यूज सब तो पहला देखन लई। दीनानगर दे मेन बाजार चे सिटी केबल दे दफ्तर चे दरवाजा तोड़ के दाखिल हुए चोर, 26,000 रुपए दी नकदी लेके हुए फरार। दीनानगर दे मेन बाजार चे सवेरे तड़के 3 बजे चोरां वल्लों सिटी केबल दे दफ्तर दे अंदर दाखिल होके पूरे दफ्तर दी तलाशी लई अते दराज चे पे 26,000 रुपए लेके फरार हो गए। ए सारी घटना सिटी केबल दे दफ्तर चे लगे सीसीटीवी कैमरे चे कैद हो गई। मौके ते पहुंची पुलिस ने सीसीटीवी कैमरे दी फुटेज दे आधार ते अगली कार्रवाई शुरू कर दिती है। उधर सिटी केबल दे मालक मनोज गुप्ता उर्फ बिट्टू ने दस्या कि चोर सवेरे 3 बजे दे करीब बाहर पौड़ी नूं लगे दरवाजे दा ताला तोड़ के अंदर दाखिल हो गए अते उन्होंने अलमारी वगैरह दी पूरी छानबीन कीती, पर अलमारी चो कुछ ना मिलने करके ओ दराज चे पे करीब 26,000 रुपए लेके फरार हो गए, जिस संबंधी पुलिस नूं सूचित कर दिता गया है। ਤੁਹਾਨੂੰ ਦੱਸ ਦਈਏ ਕਿ ਸ਼ਹਿਰ ਅੰਦਰ ਚੋਰੀ ਦੀਆਂ ਘਟਨਾਵਾਂ ਵਿੱਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਲੋਕਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਹਫ਼ਤੇ ਪੁਲਿਸ ਥਾਣੇ ਦੇ ਸਾਹਮਣੇ 3 ਬਾਈਕ ਚੋਰੀ ਹੋ ਗਏ ਸਨ। ਉਹਨਾਂ ਚੋਰਾਂ ਨੂੰ ਵੀ ਲੱਭਣ ਵਿੱਚ ਪੁਲਿਸ ਨਾਕਾਮਯਾਬ ਰਹੀ ਹੈ, ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਨੋਜ ਗੁਪਤਾ ਜੀ, ਕੀ ਗੱਲਬਾਤ ਹੋਈ ਹੈ? ਗੱਲ ਹੈ ਜੀ, ਅਸੀਂ ਸਾਡਾ ਸਿਟੀ ਕੇਬਲ ਹੈਗਾ ਅਤੇ ਸਾਡੇ ਨਾਲ ਹੀ ਦੁਕਾਨ ਆ ਅਤੇ ਸਾਡੇ ਉੱਪਰ ਜਾਂਦੀਆਂ ਪੌੜੀਆਂ, ਰਾਤੀ 3:15 ਪੌੜੀਆਂ ਦਾ ਲੋਕ ਟੁੱਟੇ ਦਾ ਜੀ, ਅਤੇ ਉੱਪਰੋਂ ਦੀ ਰਸਤਾ ਥੱਲੇ ਆ ਕੇ ਸਾਡੇ ਆਫਿਸ ਦੇ ਵਿੱਚ ਆ ਕੇ ਉਹਨਾਂ ਨੇ ਸਾਰੀ ਲੋਕ, ਇੱਕ ਲੋਕਰ ਸੀ ਉਹ ਤੋੜਿਆ, ਅਲਮਾਰੀ ਸੀ ਉਹ ਤੋੜ ਦਿੱਤੀ ਹੈ, ਅਤੇ ਕੈਸ਼ ਪਿਆ ਸੀਗਾ ਉਹ ਲੈ ਕੇ, ਬਾਕੀ ਲੈਪਟੋਪ ਵਗੈਰਾ ਬਾਕੀ ਸਾਰਾ ਸਮਾਨ ਉੱਥੇ। ਕਿੰਨਾ ਕੈਸ਼ ਲੈ ਗਏ? ਕੈਸ਼ 26,000 ਰੁਪਇਆ ਹੈਗਾ ਜੀ। ਅਤੇ ਕਰਤੀ ਪੁਲਿਸ ਨੂੰ ਕੰਪਲੇਂਟ? ਹਾਂਜੀ, ਪੁਲਿਸ ਨੂੰ ਕੰਪਲੇਂਟ ਕਰਤੀ ਜੀ। ਪ੍ਰਸ਼ਾਸਨ ਤੋਂ ਇਹੋ ਮੰਗ ਕਰਨੀ ਹੈ ਵੀ ਪੁਲਿਸ ਨੂੰ ਜਰਾ ਸਖਤੀ ਕਰਨੀ ਚਾਹੀਦੀ ਹੈ, ਰਾਤ ਨੂੰ ਜਰਾ ਚੱਕਰ ਵੀ ਲਾਉਣੇ ਚਾਹੀਦੇ ਜੀ। ਵੀ ਵਾਰਦਾਤਾਂ ਕਾਫੀ ਹੋ ਰਹੀਆਂ ਸ਼ਹਿਰ ਦੇ ਵਿੱਚ? ਸ਼ਹਿਰ ਦੇ ਵਿੱਚ ਕਾਫੀ ਵਾਰਦਾਤ ਹੋ ਗਈ, ਪਹਿਲਾਂ ਤਾਂ HDFC ਬੈਂਕ ਲਾ ਕੇ 2-3 ਮੋਟਰਸਾਈਕਲ ਚੁਕੋਏ ਜੀ, ਅਤੇ ਇੱਕ ਤਾਂ ਮੇਰਾ ਖਿਆਲ ਮੋਟਰਸਾਈਕਲ ਕੱਲ੍ਹ ਸ਼ਾਮੀ ਇੱਥੇ ਸਟੇਸ਼ਨ ਲਾਗੋ ਵੀ ਚੁਕੋਇਆ ਜੀ। ਹਾਂਜੀ, ਠੀਕ ਹੈ। ਬਿਊਰੋ ਰਿਪੋਰਟ, ਲਿਵਿੰਗ ਪੰਜਾਬ ਨਿਊਜ਼, ਦੀਨਾਨਗਰ।